ਪਹਿਲਾਂ ਤੋਂ ਇਹ ਬਹੁਤ ਵਧੀਆ ਗੱਲ ਹੈ ਕਿ ਪੂਰੇ ਪੰਜਾਬ ਕੇ ਸਾਰੇ ਡਿਸਟ੍ਰਿਕਟਸ ਦੇ ਵਿੱਚ ਨਾ ਸਾਈਬਰ ਪੁਲਿਸ ਸਟੇਸ਼ਨ ਦੀ ਸਥਾਪਨਾ ਕੀਤੀ ਗਈ ਹੈ। ਗਵਰਨਮੈਂਟ ਨੇ ਨੋਟੀਫਿਕੇਸ਼ਨ ਕਰਤੀ ਹੈ ਪਬਲਿਕ ਸੁਵਿਧਾ ਵਾਸਤੇ। ਤੁਸੀਂ ਅੱਜ ਕੱਲ੍ਹ ਦੇਖ ਰਹੇ ਹੋ ਕਿ ਸਭ ਤੋਂ ਜ਼ਿਆਦਾ ਫਰੋਡ ਜਿਹੜਾ ਹੁੰਦਾ ਹੈ ਉਹ ਔਨਲਾਈਨ ਹੁੰਦਾ ਹੈ। ਉਹਦਾ ਕਾਰਨ ਇਹ ਹੈ ਕਿ ਆਪਣੇ ਬਹੁਤ ਸਾਰਾ ਕੰਜ਼ਿਊਮਰ ਜਿਹੜਾ ਹੈਗਾ ਪਬਲਿਕ ਹੈ ਉਹਦਾ ਕੁਛ ਇੱਕ ਪਰਟੀਕੁਲਰ ਏਜ ਗਰੁੱਪ ਦਾ ਬੰਦਾ ਵੀ ਹੈ ਜੋ ਮੋਬਾਈਲ ਪ੍ਰੋਪਰਲੀ ਨਹੀਂ ਚਲਾ ਪਾਉਂਦਾ। ਉਹ ਕਈ ਵਾਰੀ ਇੱਦਾਂ ਦੇ ਜਿਹੜੇ ਡਿਫੋਲਟਰ ਔਰ ਫਰੋਡੀ ਹੈ ਇਹਨਾਂ ਦੇ ਗਲ ਦੇ ਵਿੱਚ ਆ ਕੇ ਨਾ OTP ਆਪਣਾ ਸ਼ੇਅਰ ਕਰ ਦਿੱਤਾ ਹੈ। ਕਈ ਵਾਰ ਸਾਡੇ ਯੰਗਸਟਰਸ ਹੈ ਜਿਹੜਾ ਸ਼ਾਰਟਕੱਟ ਕਰਕੇ ਨਾ ਕਿਸੇ ਚਿੱਟ ਫੰਡ ਕਿਸੇ ਵਟਸਕੈਪ ਸਕੀਮ ਮਨੀ ਡਬਲਿੰਗ ਸਕੀਮ ਦੇ ਵਿੱਚ ਪੈ ਕੇ ਨਾ ਆਪਣੇ ਪੈਸੇ ਡਬਲ ਕਰਨ ਦੇ ਝਾਂਸੇ ਦੇ ਤਹਿਤ ਨਾ ਆਪਣੇ ਪੈਸੇ ਇਨਵੈਸਟ ਕਰ ਦਿੰਦੇ ਆ, ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ। ਕਈ ਵਾਰੀ ਕ੍ਰੈਡਿਟ ਕਾਰਡ ਫਰੋਡ ਹੈ, ਕੋਈ OTP ਫਰੋਡ ਹੈ, ਲੇਕਿਨ ਹੁਣ ਨਾ ਸਾਰਾ ਦਾ ਸਾਰਾ ਪ੍ਰੋਸੈਸ ਬੜਾ ਸਟ੍ਰੀਮਲਾਈਨਡ ਹੋ ਗਿਆ। ਸਾਡੇ ਕਪੂਰਥਲੇ ਦੇ ਵੀ ਸਾਨੂੰ ਸਰਕਾਰ ਨੇ ਇੱਕ ਸਾਈਬਰ ਪੁਲਿਸ ਸਟੇਸ਼ਨ ਦਿੱਤਾ ਹੋਇਆ ਹੈ। ਹੁਣ ਪਬਲਿਕ ਨੂੰ ਕੋਈ ਦਫ਼ਤਰ DSP ਦਫ਼ਤਰ SSP ਦਫ਼ਤਰ ਆਉਣ ਦੀ ਲੋੜ ਨਹੀਂ ਹੈ। ਤੁਸੀਂ ਸਿੱਧੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਕਿ ਅਸੀਂ ਪੁਲਿਸ ਲਾਈਨ ਦੇ ਵਿੱਚ ਬਣਾਇਆ ਹੋਇਆ ਹੈ ਤੁਸੀਂ ਆ ਸਕਦੇ ਹੋ। ਇੱਥੇ ਇੱਕ SHO ਸਾਹਿਬ ਨਾਲ IO ਔਰ ਸਟਾਫ ਤੈਨਾਤ ਹੈ, ਇਹ ਤੁਹਾਡੀ ਦਰਖਾਸਤ ਸਿੱਧੇ ਲੈਣਗੇ ਔਰ ਉਹਦੇ 'ਤੇ ਜੋ ਬਣਦੀ ਕਾਰਵਾਈ ਹੈ ਐਜ਼ ਪਰ ਦਾ ਸਾਈਬਰ ਲੋਜ IT Act ਉਹ ਉਸ ਹਿਸਾਬ ਨਾਲ ਕਾਰਵਾਈ ਹੋਏਗੀ। ਔਲਸੋ ਪ੍ਰੋਸੈਸ ਜ਼ਿਆਦਾ ਸਟ੍ਰੀਮਲਾਈਨਡ ਹੈ। ਤੁਸੀਂ ਅੱਜ ਕੱਲ੍ਹ ਦੇਖ ਸਕਦੇ ਹੋ ਕਿ ਭਾਰਤ ਸਰਕਾਰ ਨੇ ਬੜਾ ਅੱਛਾ ਪ੍ਰੋਵੀਜ਼ਨ ਬਣਾਇਆ ਹੋਇਆ ਹੈ ਕਿ ਇਮੀਡੀਏਟਲੀ ਤੁਸੀਂ ਆਪਣਾ ਪੈਸਾ ਫਰੀਜ਼ ਕਰਾ ਸਕਦੇ ਹੋ ਜੇਕਰ ਤੁਸੀਂ ਟਾਈਮਲੀ ਮੌਕੇ 'ਤੇ ਪਹੁੰਚ ਗਏ। ਹੁਣ ਤੱਕ ਥੋੜ੍ਹੀ ਬਹੁਤ ਪ੍ਰੋਬਲਮ ਇਹ ਵੀ ਆ ਰਹੀ ਸੀ ਕਿ ਜਦ ਤੱਕ SSP ਦਰਖਾਸਤ ਮਾਰਕ ਕਰੇਗਾ ਉਹ ਬੰਦੇ ਪਹੁੰਚੇਗੀ ਸੈੱਲ ਤੱਕ, ਫਿਰ ਕਾਰਵਾਈ ਹੋਗੀ, ਤਦ ਤੱਕ ਥੋੜ੍ਹਾ ਟਾਈਮ ਨਿਕਲ ਜਾਂਦਾ ਥਾ 1-2 ਦਿਨ। ਔਰ ਕਈ ਵਾਰੀ ਇਸੀ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੰਦਾ ਫਰੋਡ ਕਰ ਰਿਹਾ ਉਹ ATM ਤੋਂ ਵਿਦਡਰੋਲ ਕਰ ਲੈਂਦਾ ਥਾ। ਪਰ ਹੁਣ ਸਾਈਬਰ ਪੁਲਿਸ ਸਟੇਸ਼ਨ ਜਾ ਕੇ ਤੁਸੀਂ ਦਰਖਾਸਤ ਦੇ ਸਕਦੇ ਹੋ ਸਿੱਧੇ, ਤਾਂ ਤੁਹਾਡੀ ਜੋ ਕਾਰਵਾਈ ਹੋਣ ਦੇ ਨਾਲ ਟਾਈਮ ਹੈ ਉਹ ਬਹੁਤ ਘੱਟ ਗਿਆ। ਇਮੀਡੀਏਟਲੀ ਤੁਹਾਡੇ ਪੈਸੇ ਫਰੀਜ਼ ਹੋ ਸਕਦੇ ਹੈ, ਇਮੀਡੀਏਟਲੀ ਕਾਰਵਾਈ ਬਣਦੀ ਹੈ। ਸਾਡੇ ਕੋਲ ਬੜੇ ਜੋ SHO ਸਾਹਿਬ ਲੱਗੇ ਹੋਏ ਹੈ, ਮਨਦੀਪ ਕੌਰ, ਸ਼ੀ ਇਜ਼ ਅ ਵੈਰੀ ਟੈਲੈਂਟਡ ਪੁਲਿਸ ਆਫਿਸਰ, ਔਰ ਉਸਨੇ ਪਿੱਛੇ ਵੀ ਸਾਡੇ ਬੜੇ ਸਾਰੇ ਫਰੀ ਪੈਸੇ ਫਰੀਜ਼ ਕਰਾਏ ਹੋਏ ਜਿਹੜੇ ਬਾਅਦ 'ਚ ਤੁਸੀਂ ਕੋਰਟ ਕੇ ਆਰਡਰ ਰਾਹੀਂ ਵਾਪਸ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾ ਸਕਦੇ ਹੋ। ਤਾਂ ਅਸੀਂ ਤੁਹਾਨੂੰ ਥੋੜ੍ਹੀ ਦੇਰ ਦੇ ਵਿੱਚ ਦਿਖਾਉਂਦੇ ਹਾਂ ਸਾਈਬਰ ਪੁਲਿਸ ਸਟੇਸ਼ਨ, ਹੈ ਨਾ।